ਅਸੀਂ ਵੇਖ ਰਹੇ ਕਿ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਆਪਣੀ ਵੋਟ ਦਾ ਇਸਤੇਮਾਲ ਕਰਕੇ ਬਾਹਰ ਨਿਕਲ ਰਹੇ ਨੇ ਹਨ। ਵੋਟ ਦਾ ਇਸਤੇਮਾਲ ਕੀਤਾ, ਮੈਂ ਸਾਰੇ ਲੋਕਾਂ ਨੂੰ ਕਹੂੰਗਾ ਕਿ ਆਪਾਂ ਆਪਣੀ ਵੋਟ ਦਾ ਇਸਤੇਮਾਲ ਕਰੋ, ਸਾਡਾ ਚੋਣ ਨਿਸ਼ਾਨ ਹੈ ਉਹ ਝਾੜੂ ਤੇ ਹੀ ਪੈਣਗੇ। ਪਰ ਜਿਸ ਤਰੀਕੇ ਨਾਲ ਭਗਵੰਤ ਸਿੰਘ ਮਾਨ ਕਹਿ ਰਹੇ ਸੀ 13-0 ਦਾ ਨਾਰਾ ਲਗਾ ਰਹੇ ਸੀ, ਕਿਸ ਤਰੀਕੇ ਨਾਲ 13-0 ਪੰਜਾਬ ਬਣੇਗਾ ਹੀਰੋ? ਸਤਿ ਸ਼੍ਰੀ ਅਕਾਲ, ਦਸ ਅਮਰ ਨਿਊਜ਼ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਜਗਜੀਤ ਸਿੰਘ। ਦੱਸੋ, ਤੁਸੀਂ ਵੇਖ ਰਹੇ ਹੋ ਕਿ ਅੱਜ 1 ਜੂਨ ਦਾ ਦਿਨ ਆ ਗਿਆ ਅਤੇ ਲੋਕਾਂ ਵੱਲੋਂ ਜਿਹੜੀਆਂ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤਰੀਕੇ ਨਾਲ 7 ਵਜੇ ਦਾ ਟਾਈਮ ਸਰਕਾਰ ਵੱਲੋਂ ਮੁਕਰਰ ਕੀਤਾ ਗਿਆ ਸੀ, ਉਸ ਤਰੀਕੇ ਨਾਲ 7 ਵਜੇ ਤੋਂ ਬਾਅਦ ਜਿਹੜੀ ਵੋਟਿੰਗ ਸ਼ੁਰੂ ਹੋਣੀ ਆ। ਇਸ ਵੇਲੇ ਅਸੀਂ ਜੇ ਗੱਲ ਕਰੀਏ ਤਾਂ ਜਨਾਲਾ ਦੇ ਜਗਦੇਵ ਕਲਾਂ ਪਿੰਡ ਵਿੱਚ ਮੌਜੂਦ ਹਾਂ, ਜਿੱਥੇ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਜੱਦੀ ਪਿੰਡ ਆ, ਜਿੱਥੇ ਕਿ ਉਹਨਾਂ ਵੱਲੋਂ ਇੱਥੇ ਵੋਟ ਵੀ ਪਾਈ ਜਾਏਗੀ। ਇਹਦੇ ਨਾਲ ਸਾਡੇ ਨਾਲ ਲੋਕ ਵੀ ਕੁਝ ਮੌਜੂਦ ਨੇ, ਪਹਿਲਾਂ ਆਪਾਂ ਲੋਕਾਂ ਨਾਲ ਗੱਲ ਕਰਦੇ ਹਾਂ ਲੋਕ ਕਿਸ ਤਰੀਕੇ ਨਾਲ ਵੇਖਦੇ ਨੇ ਅੱਜ। ਹਾਂਜੀ ਸਰ, ਜਗਦੇਵ ਕਲਾਂ ਵਿੱਚ ਪਹੁੰਚੇ ਆ, ਵੋਟਿੰਗ ਹੋ ਰਹੀ ਆ, ਤੁਸੀਂ ਵੀ ਲਾਈਨ 'ਚ ਲੱਗੇ ਹੋ, ਕਿਸ ਤਰੀਕੇ ਦਾ ਉਤਸ਼ਾਹ ਹੈ? ਸਰ ਸਾਡਾ ਸਾਰਾ ਪਿੰਡ ਇਕੱਠਾ ਵਾ, ਸਾਰਾ ਸਾਂਝਾ ਪਿੰਡ ਆ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਕਿੱਥੇ ਮਰਜ਼ੀ ਪਵੇ ਸਾਂਝਾ ਪਿੰਡ ਸਰ। ਕਿੰਨਾ ਕੁ ਉਤਸ਼ਾਹ ਆ ਵੋਟ ਪਾਉਣ ਲਈ, ਤੁਸੀਂ ਹਰ ਵਾਰੀ ਵੋਟ ਪਾਉਂਦੇ ਹੋ? ਸਰ ਬਹੁਤ ਬਹੁਤ ਜ਼ਿਆਦਾ ਸਰ, ਘਰ ਦੇ ਵੇਟ ਕਰਦੇ ਕਿ ਸਾਨੂੰ ਲੈ ਕੇ ਜਾਓ ਵੋਟ ਪਾਉਣ ਵਾਸਤੇ, ਪਰ ਸਾਡੇ ਕੋਲ ਟਾਈਮ ਲੱਗਣਾ ਲਿਆਉਣ ਵਾਸਤੇ। ਗਰਮੀ ਵੀ ਕਾਫੀ ਆ, ਇੰਤਜ਼ਾਮ ਕਿੱਦਾਂ ਦੇ ਲੱਗੇ ਆ ਪ੍ਰਸ਼ਾਸਨ ਦੇ? ਬਹੁਤ ਵਧੀਆ ਸਰ, ਬਹੁਤ ਵਧੀਆ ਇੰਤਜ਼ਾਮ, ਦੇਖ ਲਓ ਤੁਹਾਡੇ ਸਾਹਮਣੇ ਪਾਣੀ ਪਾ ਰਹੇ, ਬਰਫ਼ਾਂ ਕੂਲਰ 'ਚ ਬਰਫ਼ ਪਾ ਰਹੇ ਹਾਂ। ਹਾਂਜੀ, ਕੀ ਅਪੀਲ ਕਰਨੀ ਚਾਹੁੰਦੇ ਲੋਕਾਂ ਨੂੰ ਜਿਹੜੇ ਘਰਾਂ 'ਚ ਬੈਠੇ ਵੋਟ ਨਹੀਂ ਪਾ ਰਹੇ? ਨਹੀਂ ਸਰ, ਪਾਉਣਗੇ, ਸਾਰੇ ਪਾਉਣਗੇ, ਬਜ਼ੁਰਗ ਤੱਕ ਪਾਉਣਗੇ, ਉਹਨਾਂ ਨੂੰ ਲੈ ਕੇ ਆਵਾਂਗੇ ਤੇ ਫੇਰ ਪਾਉਣਗੇ। ਠੀਕ ਹੈ, ਸਾਡੀ ਡਿਊਟੀ ਹੈ ਲਾਉਣ ਦੀ। ਠੀਕ ਹੈ, ਲਗਾਤਾਰ ਤੁਸੀਂ ਤਸਵੀਰਾਂ ਵੇਖ ਰਹੇ ਹੋ ਤੇ ਤੁਸੀਂ ਵੇਖ ਰਹੇ ਹੋ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਪਹੁੰਚ ਚੁੱਕੇ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਉਹ ਵੀ ਤਕਰੀਬਨ ਲਗਾਤਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਇੱਥੇ ਪਹੁੰਚ ਚੁੱਕੇ ਨੇ, ਆਪਣੀ ਵੋਟ ਦਾ ਇਸਤੇਮਾਲ ਕਰ ਲਈ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਆਪਣੀ ਵੋਟ ਦਾ ਇਸਤੇਮਾਲ ਕਰਕੇ ਬਾਹਰ ਨਿਕਲ ਰਹੇ ਨੇ ਹਾਂ ਜੀ, ਮਤਲਬ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਏ? ਮੈਂ ਆਪਣੀ ਵੋਟ ਦਾ ਇਸਤੇਮਾਲ ਕੀਤਾ, ਮੈਂ ਸਾਰੇ ਲੋਕਾਂ ਨੂੰ ਕਹੂੰਗਾ ਕਿ ਆਪਾਂ ਆਪਣੀ ਵੋਟ ਦਾ ਇਸਤੇਮਾਲ ਕਰੋ, ਸਵੇਰੇ ਸਵੇਰ ਬਾਅਦ ਵਿੱਚ ਗਰਮੀ ਹੋਊਗੀ, ਸਵੇਰ ਸਵੇਰ ਵੋਟ ਪਾਓ, ਔਰ ਲਾਜ਼ਮੀ ਤਾਂ ਕਹਿਣਾ ਕਿ ਝਾੜੂ ਤੇ ਪਾਓ, ਸਭ ਦੇਖ ਦੀ ਗੱਲ, ਸਾਡਾ ਚੋਣ ਨਿਸ਼ਾਨ ਹੈ ਉਹ ਝਾੜੂ ਤੇ ਹੀ ਪੈਣਗੇ ਵੋਟ। ਵਿਧਾਨ ਸਭਾ 'ਚ ਵੱਡਾ ਫਤਵਾ ਦਿੱਤਾ ਹੈ ਲੋਕਾਂ ਨੇ, ਇਸ ਵਾਰ ਕਿਸ ਤਰੀਕੇ ਵੇਖਦੇ? ਮੈਨੂੰ ਲੱਗਦਾ ਉਦੋਂ ਵਧੂਗਾ, ਹਾਂ ਉਦੋਂ ਵਧੂਗਾ, ਵਧੂਗਾ। ਭਾਜਪਾ ਕਹਿੰਦੀ ਹੈ 400 ਪਾਰ, ਉਹ ਪਾਰਲੀਮੈਂਟ ਤੋਂ ਬਾਅਦ ਕਿੱਦਾਂ ਸਿਹਤ ਕਿੱਦਾਂ ਠੀਕ ਆ, ਹੋ ਗਈ ਠੀਕ। ਪਰ ਜਿਸ ਤਰੀਕੇ ਨਾਲ ਭਗਵੰਤ ਸਿੰਘ ਮਾਨ ਕਹਿ ਰਹੇ ਸੀ 13-0 ਦਾ ਨਾਰਾ ਲਗਾ ਰਹੇ ਸੀ, ਕਿਸ ਤਰੀਕੇ ਨਾਲ 13-0 ਪੰਜਾਬ ਬਣੇਗਾ ਹੀਰੋ, ਸਭ ਦੇਖ ਰਿਹਾ? ਹਾਂ, ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ? ਵੋਟਰਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰੋ। ਲਗਾਤਾਰ ਤੁਸੀਂ ਤਸਵੀਰਾਂ ਹੀ ਦੇਖ ਰਹੇ ਹੋ ਕਿ ਇੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਸੀ, ਜਿਨ੍ਹਾਂ ਵੱਲੋਂ ਇੱਥੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਅਤੇ ਵੋਟ ਪਾ ਕੇ ਨਾਲ ਕਿਤੇ ਨਾ ਕਿਤੇ ਜਿਹੜਾ ਭਗਵੰਤ ਸਿੰਘ ਮਾਨ ਦਾ ਜਿਹੜਾ ਨਾਰਾ ਸੀਗਾ 13-0 13-0 ਦਾ ਪਾਰ ਦਾ ਮੁਕਾਬਲਾ ਸੀ, ਉਸ ਚੀਜ਼ ਦੀ ਵੀ ਗੱਲ ਕੀਤੀ ਗਈ ਹੈ। ਨਾਲ ਨਾਲ ਇਹ ਵੀ ਗੱਲ ਕੀਤੀ ਗਈ ਆ ਕਿ ਜਿਹੜਾ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਲੋਕ ਜਿਹੜੇ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਵੱਧ ਤੋਂ ਵੱਧ ਚੜ੍ਹ ਕੇ ਵੋਟ ਪਾ ਕੇ ਆਪਣੇ ਮਨ ਚਾਹੀ ਸਰਕਾਰ ਬਣਾਉਣ। ਬਾਕੀ ਤੁਸੀਂ ਜੁੜੇ ਰਹੋ ਇੱਦਾਂ 10 ਅਮਰ ਨਿਊਜ਼ ਦੇ ਨਾਲ, ਅਜਨਾਲਾ ਤੋਂ ਜਗਜੀਤ ਸਿੰਘ।